ਜਗਦੀਪ ਨੇ ਟਾਇਰ ਲਿਆਂਦੇ ਬਈ, ਚਾਰੇ ਨਵੇਂ ਪਾਲਟੀ ਹੋ ਗਈ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਲਓ ਜੀ ਬਾਈ, ਰਿਪੇਅਰ ਦਾ ਕੰਮ ਚੱਲ ਰਿਹਾ ਹੈ। ਮਤਲਬ ਕਿ ਕੱਲ੍ਹ ਧਵਾ ਕੇ ਗੋਲਾ ਸ਼ਾਮ ਟਾਈਮ ਚਲੇ ਗਿਆ, ਤਾਂ ਮੈਂ ਗਿਆ ਹੋਇਆ ਤਾਂ ਖੰਨੇ ਤੋਂ ਸਮਾਨ ਲੈਣ। 6 ਵੱਜ ਚਲੇ ਗਏ ਅਤੇ ਮੈਨੂੰ ਜਦੋਂ ਮੈਂ ਘਰੋਂ ਵਾਪਸ ਆਇਆ, ਗੋਲਾ ਫਿਰ ਕਹਿੰਦਾ ਬਾਈ ਇੰਨੇ ਸੁੱਕ ਜੂਗੀ, ਇਹਨੂੰ ਘਰੇ ਕੰਮ ਦਾ ਉੱਥੇ ਚਲੇ ਗਿਆ। ਹੁਣ ਆਇਆ 11:30 ਵੱਜ ਗਏ ਸਮਝ ਲਓ, ਹੁਣ ਆਇਆ ਅਤੇ ਕਹਿੰਦਾ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਸੁੱਕ ਲੈਣ ਦੇ। ਫਿਰ ਇਹਨੇ ਕਾਹਲੀ ਕਰਨੀ ਵੀ ਮੈਂ ਜਾਣਾ, ਉਹ ਤਾਂ MP ਜਾਣਾ, ਹੁਣ ਭੇਜੂ ਇਹਨੂੰ MP ਮੈਂ, ਠੀਕ ਹੈ। ਅਤੇ ਫਿਰ ਉੱਧਰ ਦੀ ਕਾਹਲੀ ਕਰਨੀ ਇਹਨੇ, ਮੈਂ ਕਹੀ ਜਿਵੇਂ ਨਵੇੜ ਨੂੰ। ਬਾਕੀ ਬਾਈ ਇਹ ਸਮਾਨ ਲਿਆਂਦਾ ਕੱਲ੍ਹ ਅਤੇ ਹੁਣ ਗੁਟਕੇ ਨਵੇਂ ਉਹ ਕਰੇ ਆ, ਥੋੜ੍ਹੇ ਥੋੜ੍ਹੇ ਨਾ ਮਤਲਬ ਕਿ ਬਾਕੀ ਤਾਂ ਠੀਕ ਹੈ, ਥੋੜ੍ਹਾ ਜਿਹਾ ਆਹ ਗਲਾਈ ਜੀ ਹੋਰ ਚੱਕਰ ਪੈਂਦਾ, ਆਹ ਥੋੜ੍ਹੀ ਥੋੜ੍ਹੀ ਰਗੜ ਹੋਣੀ, ਮਾੜੀ ਮਾੜੀ ਕਿਨਾਰੀ ਦੀ ਪੂਰਾ ਉਹ ਨਹੀਂ ਹੋ ਰਿਹਾ। ਮੈਂ ਕਿਹਾ ਇਹਨੂੰ ਮਾੜਾ ਜਿਹਾ ਗਰੈਂਡਰ ਜਿਹਾ ਲਾ ਕੇ ਹਲਕਾ ਹਲਕਾ ਜਿਹਾ, ਅਤੇ ਫਿਰ ਕਰੰਕਰ ਵਿੱਚ ਉਹਦੇ ਚੈਨ ਫਸ ਜੂਗੀ ਅਤੇ ਭੱਜ ਗਈ। ਲੈ ਲਾ ਲਾ ਗਰੈਂਡਰ, ਦੇਖ ਲਓ ਗਰੰਟਰ ਨਾਲ ਕਰਨ ਲੱਗਾ ਤਾਂ ਕਹਿੰਦਾ ਕਹਿੰਦਾ ਲਾਈਟ ਭਜਾਤੀ, ਦੇਖ ਲਓ ਹਾਲ ਬਾਈ। ਗੋਲਿਆ ਕਰ ਲੈ ਕੰਮ, ਹੁਣ ਤੂੰ ਐਂ ਕਰ ਤੇਲ ਤਾਂ ਗਰਮ ਕਰ ਲਾ ਬਾਈ। ਮੈਂ ਸੋਚਦਾ ਤਾਂ ਵੀ ਇਹਨੂੰ ਤੇਲ ਪੀਪਾ ਵੱਢਿਆ ਪਹਿਲਾਂ ਮੈਂ ਸਵੇਰੇ, ਉਹ ਜੋ ਤੇਲ ਪਾ ਕੇ ਇਹਨੂੰ ਗਰਮ ਕਰਨ ਲੱਗੇ, ਤਾਂ ਮੈਂ ਚੱਲ ਪਹਿਲਾਂ ਬਾਅਦ 'ਚ ਕਰਦੇ, ਪਹਿਲਾਂ ਗੁਟਕਾ ਪਾ ਕੇ ਦੇ ਰਿਹਾ ਗੋਲੇ ਨਾਲੇ। ਉਹਨੂੰ ਉੱਥੇ ਨਾ ਖੜੀ ਕਰ ਬਾਈ, ਇਹਨੂੰ ਅੰਦਰ ਕਰ ਜਰ ਪੈ ਜਾਣੀ ਬਸ ਕਰਨ ਨੂੰ। ਅਤੇ ਗੁਟਕਾ ਬਾਈ ਗੁਟਕੇ ਲਿਆ ਦੱਸੇ ਨਵੇਂ, ਹੁਣ ਟਾਹਲੀ ਦੇ ਕਹਿੰਦੇ ਆ, ਦੇਖਦੇ ਹਾਂ। ਪਿਛਲੀ ਵਾਰ ਵਾਲੇ ਤਾਂ ਬਾਈ ਉਹ ਪਏ ਆ, ਉਹ ਮਤਲਬ ਕਿ ਨਾ ਘਸ ਘਸ ਕੇ ਇਕੱਠੇ ਜਿਹੀ ਹੋਈ ਗਏ, ਥੋੜ੍ਹੀ ਦੇਰ ਚੜ੍ਹਨੇ ਜਦੋਂ ਫਿੱਟ ਲਿਆ। ਆ ਗਈ ਲਾਈਟ, ਲੈ ਬਾਈ ਲਾਈਟ ਆ ਗਈ। ਅਤੇ ਹੁਣ ਇਹ ਕਰਦਾ ਅਤੇ ਮੈਂ ਕੱਲ੍ਹ ਸਮਾਨ ਲਿਆਂਦਾ, ਤਾਂ ਆ ਪਿਆ ਸਮਾਨ ਆਪਣਾ ਇੱਧਰ, ਜਿੰਨਾ ਜਿੰਨਾ ਮੋਟਾ ਮੋਟਾ ਆ ਤਾਂ ਇਹਨੇ ਉਹ ਲਿਆਂਦਾ। ਬਾਕੀ ਫੇਰ ਆਈ ਵੀ ਬਾਈ ਯਾਰ ਦਾ ਸਮਾਨ ਆ ਗਿਆ, ਬਾਕੀ ਫਿਰ ਦੇਖਦੇ ਹਾਂ। ਅਤੇ ਉੱਧਰ ਜਗਦੀਪ ਦਾ ਫੋਨ ਆ ਰਿਹਾ, ਤਾਂ ਟਾਇਰ ਲੈ ਕੇ ਆਇਆ ਉਹ ਵੀ ਨਵੇਂ ਟਰਾਲੇ ਨੂੰ, ਕਹਿੰਦਾ ਦੇਖ ਕੇ ਜਾ ਟਾਇਰ ਪਾਉਣੇ ਉਹਨੇ, ਉੱਥੇ ਪਵਾ ਰਿਹਾ ਸੜਕ 'ਤੇ ਅਤੇ ਬਾਕੀ ਉੱਥੇ ਵੀ ਗੇੜਾ ਮਾਰ ਕੇ ਆਉਂਦਾ। ਉਹਨੇ ਮੈਂ ਕਿਹਾ ਕਰ ਲਿਓ, ਮੈਨੂੰ ਥੋੜ੍ਹਾ ਰੋਪੜ ਕੰਮ ਹੈ, ਮੈਂ ਉੱਧਰ ਜਾਣਾ ਹੈ ਅੱਜ, ਫਿਰ ਮੈਂ ਤਾਂ ਹੀ ਇਹਨੂੰ ਕਾਹਲੀ ਨਹੀਂ ਕਰੀ, ਮੈਂ ਚੱਲ ਆਪਣੇ ਮਰਜ਼ੀ ਨਾਲ ਆ ਜੂਗਾ ਫਿਰ ਕਰ ਲਿਆ। ਕਾਰ ਦਾ ਵੀ ਹੈ ਹੈਂ, ਕਾਰ ਦਾ ਵੀ ਹੈ, ਗੇੜੇ ਵਧਾ ਲੈ ਹੋਰ ਕਿ ਲੋੜ ਨਹੀਂ। ਇਹ ਗਰੰਟਰ ਦਾ ਫਾਇਦਾ ਬਹੁਤ ਹੈ ਬਾਈ, ਜਿੰਨੇ ਮਰਜ਼ੀ ਗੇੜੇ ਘੱਟ ਵੱਧ ਕਰ ਲਈਏ, ਇਹਦੇ ਰਗੜਾ ਹੈ ਵੀ ਨਹੀਂ ਇੰਨਾ, ਦੇਖ ਲੈ ਬਸ ਲਾ ਕੇ ਦੇਖ ਉੱਥੇ। ਬਾਕੀ ਕੱਲ੍ਹ ਬਾਈ ਸਪਰੇ ਕਰੀ, ਰਾਤ ਨੂੰ ਮੀਂਹ ਪੈ ਗਿਆ, ਮੀਂਹ ਸੋਹਣਾ ਛਿੱਟਾ ਪੈ ਗਿਆ ਅੱਜ, ਇੱਕ ਵਾਰ ਸਾਫ ਕਰ ਲਈ ਇਹਨੂੰ, ਹੈ ਨਾ ਕਰੈਂਕ ਨੂੰ, ਤੂੰ ਪਹਿਲਾਂ ਹੁਣ ਬਾਅਦ 'ਚ ਇੰਨੇ ਲਾ ਕੇ ਤਾਂ ਦੇਖ ਲੈ। ਥੋੜੇ ਜਿਹਾ ਆਹ ਸਰਾਖ ਦਾ ਚੱਕਰ ਤਾਂ, ਬਾਕੀ ਇਹ ਸ਼ਾਇਦ ਕੋਈ ਆ ਵੀ ਸਕਦਾ,
ਕਿਸੇ ਕਿਸੇ ਦਾ ਹੈਗਾ ਤਾਂ ਆਹ ਸਾਈਡ ਫਸ ਦੀ ਤੀ ਜਿਹੜਾ ਖੁੰਜੇ ਦੇ ਵਿੱਚ, ਅਤੇ ਉਹ ਗਰੈਂਡਰ ਗੈਲਾਂ ਸੈੱਟ ਕਰਤਾ। ਹੁਣ ਉਹ ਉਹਨੇ ਬਾਲਤੀ ਅੱਗ, ਗਰਮ ਤੇਲ ਥੋੜ੍ਹਾ ਛੇਤੀ ਰੱਜ ਜੂਗਾ, ਕੱਲ੍ਹ ਤੱਕ ਆਪਾਂ ਨੇ ਪਾਉਣੇ ਆ, ਹੈ ਕਿ ਨਹੀਂ ਗੋਲਿਆ? ਅੱਛਾ, ਜਿਹੜੇ ਟਾਈਮ ਤੂੰ ਆ ਗਿਆ ਨਾ ਉਸ ਟਾਈਮ ਤਾਂ ਪੈ ਗਏ ਤੇ ਇਹ ਸ਼ਾਮ ਤੱਕ ਜੇ ਨਾ ਪਾਉਂਦਾ ਨਾ ਕੱਲਾ ਹੀ। ਹਾਂ, ਕਹਿੰਦਾ ਸਟਾਫ ਅਕਰ ਚੱਕ ਕੇ ਸਟਾਉਣ ਵਾਲਾ ਬੰਦਾ ਚਾਹੀਦਾ ਜੀ। ਓਕੇ, ਮੰਨ ਗਿਆ ਵੀਰੇ ਤੈਨੂੰ ਮੈਂ। ਲੈ ਹੁਣ ਕਰ ਲਾ ਪਹਿਲਾਂ ਇਹਨੂੰ ਸੈਟਿੰਗ, ਕੱਲੇ ਕੱਲੇ ਨੂੰ ਲਾ ਲਾ ਕੇ ਬਾਹਰੇ ਨੰਬਰ ਲਾ ਲਾ। ਹੈਂ, ਉਹ ਲੋੜੇ ਨਹੀਂ ਯਾਰ, ਆ ਐਨ ਓਕੇ ਆ, ਪਰ ਲਾ ਆਪਾਂ ਇੱਕ ਨੰਬਰ ਕਰਿਆ ਵਾ, ਪਰਾਂ ਤੇ ਅਸੈਂਬਲੀ ਗਣੀ ਦੇ, ਠੀਕ ਹੈ ਨਾ, ਪੂਰਾ ਐਨ ਬਰਾਬਰ ਆ ਇਹ, ਕੋਈ ਨਹੀਂ ਸਾਈਡ ਘਸਾਉਣੀ, ਜਿਹੜੀ ਵੀ ਜਿਹੜਾ ਟਾਇਟ ਹੋਇਆ ਉਹਨੂੰ ਘਸਾ, ਆਹ ਸੈੱਟ ਕਰਕੇ ਰੱਖ, ਤੇਲ ਪਾ ਹੋਰ, ਤੇਲ ਪਾ ਹੋਰ, ਤਾਂ ਪੂਰੇ ਆਉਣੇ ਆ, ਦੇਖੀ ਫਿਰ, ਨਹੀਂ ਫਿਰ ਦੇਖੀ ਨਹੀਂ ਵੀ ਘੱਟ ਆਏ ਆ ਬਾਈ, ਆਏ ਨਹੀਂ। ਪਾ ਦੇ ਪਾ ਦੇ ਭਰ ਦੇ ਲੈ, ਕਰਦਾ ਕਿਆ ਏ। ਆਹੋ ਫਿਰ ਮੈਂ ਤੈਨੂੰ ਆਹੀ ਕਹਿਣ ਨਾ ਕਦੇ ਵੀ ਬਾਕੀ ਜੇ ਫੇਰ ਘੱਟ ਆ ਉੱਥੇ ਪਿਆ ਅੰਦਰ ਉਹਦੇ ਚ। ਲਓ ਬਾਈ ਮੈਂ ਜਗਦੀਪ ਕੋਲ ਜਾਇਆ ਵਾਂ, ਟਾਇਰ ਪਵਾ ਰਿਹਾ, ਉਹ ਵੀ ਦਿਖਾ ਲਵਾਂ, ਫੋਨ ਆਇਆ ਤਾਂ ਉਹਦਾ, ਦੇਖ ਲੈਂਦੇ ਇੱਥੇ ਆ। ਹੈਂ, ਅੱਜ ਪਿਆ ਬਾ ਉੱਥੇ, ਉਹ ਪਿੱਪੀ ਜੋ ਉੱਥੇ। ਲਓ ਬਾਈ ਪਹੁੰਚ ਗਿਆ ਜਗਦੀਪ ਕੋਲ, ਜਗਦੀਪ ਨੇ ਟਾਇਰ ਲਿਆਂਦੇ ਬਾਈ, ਚਾਰੇ ਨਵੇਂ ਪਾਲਟੀ ਹੋ ਗਈ, ਮਿਲੋ ਜਗਦੀਪ ਨੂੰ। ਕੱਲ ਮੇਰੇ ਏਰੀਏ ਵੱਲ ਗਿਆ ਤਾ ਬਾਈ, ਇਹ ਬਿਨਾ ਦੱਸੇ ਹੀ ਲੰਘ ਗਿਆ। ਨਹੀਂ ਮੈਂ ਵੈਸੇ ਤੈਨੂੰ ਪਤਾ ਹੀ ਗਿਆ, ਹਾਂ ਬਾਈ, ਆਪਣੇ ਖਿਲਾਫ ਬਣੀ ਆ, ਰਿਸ਼ਤੇਦਾਰੀ 'ਚ ਗਿਆ ਵਾ ਤਾਂ ਅੱਗੇ ਰਿਸ਼ਤੇਦਾਰ ਲੈ ਗਿਆ, ਠੀਕ ਆ। ਚਲੋ ਵਧੀਆ ਬਾਈ, ਟਾਇਰ ਲਿਆਂਦੇ ਨੇ, ਚਾਰੇ ਟਾਇਰ ਦੇਖਣੇ ਪਏ। ਹਾਂ ਹਾਂ, ਜੇ ਲੋਟ ਲੱਗ ਗਿਆ ਤਾਂ ਲੈ ਆਉਂਗੇ, ਠੀਕ ਆ, ਲੋਟ ਲੱਗੇਗੀ। ਨਹੀਂ ਨਹੀਂ ਵਧੀਆ ਬਾਈ ਵਧੀਆ, ਦੋ ਚਾਰ ਟਾਇਰ ਲਿਆਂਦੇ ਬਾਈ, ਚਾਰੇ ਹੁਣ ਬਦਲਨੇ ਆ, ਅਤੇ ਚਲ ਜੇ ਆਪਾਂ ਹੁਣ ਸਪੇਅਰ ਰੱਖ ਲੈਣੇ, ਠੀਕ ਹੈ। ਸਣਾ ਟਿਊਬਾਂ, ਹਾਂ ਸਣੇ ਟਿਊਬਾਂ, ਸਾਰਾ ਕੁਛ ਸਣੇ ਟਿਊਬਾਂ, ਟਾਇਰਾਂ ਦੀ ਹਾਲਤ ਹੁਣ ਘਸੇ ਪਏ ਜੇ ਬਹੁਤ, ਲੇਖਾ ਦਿਆ ਇਹਨਾਂ ਨੇ ਯਾਤਰਾ ਦਾ, ਇਹ ਦੋ ਫਿਰ ਵੀ ਠੀਕ ਆ, ਯਾਤਰਾ ਨੂੰ ਬਾਈ ਜਗਦੀਪ ਦਾ ਟਰਾਲਾ ਹੋਰ ਪਾਸੇ ਨੂੰ ਘੱਟ ਚੱਲਿਆ, ਯਾਤਰਾ ਨੂੰ ਬਹੁਤ ਚੱਲਿਆ ਬਾਈ ਇਹ, ਕੋਈ ਧਾਮ ਇਹ ਨਹੀਂ। ਹਾਂ, ਐਤਕੀ ਸੰਗਤ ਜ਼ਿਆਦਾ ਹੋ ਗਈ ਸੀ, ਨਹੀਂ ਤਾਂ ਐਤਕੀ ਵੀ ਜਾਣ ਦਾ ਫਿਰ ਇਹ ਕਰਤਾਰਪੁਰ ਸਾਹਿਬ, ਅਤੇ ਤਾਂ ਰਾਜੀ ਬਾਈ ਵਾਲਾ ਲੈ ਗਿਆ, ਉਹਦੇ ਤਾਰੇ ਬਾਈ ਕੋਲ ਵਧਾਉਣ ਲੱਗੇ ਹੋਏ ਆ, ਅਤੇ ਹਵਾ ਕੱਢਦੇ ਇਹਨਾਂ ਦਾ, ਆਹ ਟਾਇਰ ਦੋ ਜ਼ਿਆਦਾ ਘੱਸ ਗਏ ਤੇ, ਇਹ ਟਾਇਰ ਥੋੜ੍ਹੇ ਜ਼ਿਆਦਾ ਦੇਖੋ ਗਲਾਈ ਦੇ ਤੋਰ ਗਏ, ਇਹ ਘੱਸ ਗਏ ਤੇ ਉਹ ਫਿਰ ਵੀ ਹਲੇ ਹੈਗੇ ਆ, ਇਹਦਾ ਫਿਰ ਵੀ ਹੈਗੇ 10-15-20 ਕੁ ਪੈਸੇ ਦਾ ਟਾਇਰ ਹੈਗੇ ਆ ਇਹ। ਹੈਂ, ਇਹ ਹੈਗੇ ਤੇ ਐਂ ਤਾਂ ਜਾਂਦੇ ਨਹੀਂ ਬਾਈ, ਹੁਣ ਗੰਨਾ ਤਕੜਾ ਹੈ, ਠੀਕ ਹੈ, ਗੰਨਾ ਤਕੜਾ, ਬੇਰ ਧੜਕ ਹੋ ਗਏ ਹੁਣ ਫਿਰ, ਹੈਂ, ਪਾਣਾ ਪੈ ਜਾਂਦਾ ਬਾਅਦ ਘੱਟ, ਹਾਂ ਸਹੀ ਗੱਲ ਹੈ, ਅਤੇ ਹਾਂ ਠੀਕ ਹੈ, ਆਹੋ ਆਪਣੇ ਵਾਲੇ ਗੱਲ ਲਾਈ ਨਹੀਂ ਤਾਂ ਕਿਹੜੇ, ਹੈ ਨਾ, ਫਿਰ ਐਤਕੀ ਗੰਨਾ ਬਾਈ ਵੱਧਦਾ, ਹਾਂ ਚਲੋ ਵਧੀਆ, ਨਾਲੇ ਆਪਣਾ ਬੇਰ ਧੜਕ ਹੋ ਕੇ ਪਾ ਲਓ, ਨਾਲੇ ਹੁਣ ਗਰੀਸ ਹੋ ਜਾਣਾ,
ਠੀਕ ਹੈ ਨਾ, ਕਰਾ ਲਾ ਯਾਰ, ਲੋਡ ਪੈ ਜਾਏ ਕਰਦੀ ਹੈ। ਹਾਂ ਵਧੀਆ ਹੋ ਗਿਆ ਬਾਈ, ਟਾਇਰ ਦਿਖਾਉਂਦਾ, ਇਹਦੇ ਪੁਰਾਣੇ ਟਾਇਰ ਆ, ਠੀਕ ਆ, ਅਤੇ ਆਹ ਲਿਆਂਦੇ ਇਹਨੇ। ਤਾਰੇ ਬਾਈ ਕਿੰਨੇ ਪਰਸੈਂਟ ਹੋਊਗੇ, ਤੁਹਾਨੂੰ ਤਾਂ ਜ਼ਿਆਦਾ ਪਤਾ ਹੁੰਦਾ, ਉਹ ਪੋਲੋ ਦੇ ਆ ਦੋ, ਹੈਂ ਆ ਬਿਰਲਾ ਜੈਟਾ ਪਲੱਸ ਅਤੇ ਉਹ ਹੈਗਾ ਅਪੋਲੋ, ਆਹ ਚੱਲਦੀ ਆ ਬਾਈ। ਕੜੇ ਵਾਲੇ ਆ ਇੱਕ ਤੇਰੇ ਕੋਲੇ ਖੁੱਲ੍ਹੇ ਤੇ ਬਾਈ, ਹੋਰ ਕਿਤੇ ਖੁੱਲ੍ਹਦੇ ਪਹਿਲਾਂ ਐਂ ਤਾਂ ਦੱਸ, ਕੋਈ ਗਿਆ ਬਾਹਰ ਪਿੰਡ ਦੇ ਵੀ? ਹਾਂ ਬਾਹਰ ਜਾ ਕੇ ਖੁੱਲ੍ਹਦਾ। ਅੱਛਾ ਜਿੱਦੇ ਪਏ ਹੋਏ ਹੈ ਜਗਦੀਪ? ਅੱਛਾ ਨਾ ਤੇ ਇੱਕ ਮੈਨੂੰ ਥੋੜਾ ਫਰਕ ਲੱਗ ਰਿਹਾ ਜਗਦੀਪ, ਜਿਹੜੇ ਪੋਲੂ ਦੇ ਟਾਇਰ ਬੜੇ ਬੜੇ ਲੱਗੇ ਜਾਂਦੇ ਆ, ਨੰਬਰ ਸੇਮ ਵੀ ਹੈ ਨਾ, ਊ ਵੀ ਥੋੜੇ ਹੈਵੀ ਜੇ ਲੱਗਦੇ ਆ ਯਾਰ, ਤਾਰੀ ਨੂੰ ਕਿੱਥੇ ਕਰੀ ਵਿੱਚੇ ਟਿਊਬਾਂ, ਵਿੱਚੇ ਟਿਊਬਾਂ ਲੰਗੋਟੀ, ਠੀਕ ਆ। ਆ ਬਾਈ ਦਾ ਵੀ ਕੋਲ ਹੈਗੀ ਆ ਗੰਨ ਖੋਲਣੇ ਵਾਲੀ, ਇਹਦਾ ਤਾਂ ਨਜ਼ਾਰਾ ਏ, ਕਿਉਂ ਬਾਈ ਬਾਈ ਕੋਲ ਸਾਤੇ ਪਹਿਲਾਂ ਵਾਲੀ ਦੀ, ਬਾਈ ਦਾ ਰਿਸ਼ਤੇਦਾਰ ਆ ਇੰਗਲੈਂਡ, ਉਹਨੇ ਭੇਜੀ ਦੀ। ਆ ਕਈ ਬਾਈ ਪੁੱਛੀ ਜਾਂਦੇ ਬਾਈ ਇੰਗਲੈਂਡ 'ਤੇ ਆਈ ਹੋਈ ਹੈ, ਇਹ ਵੀ ਇੰਗਲੈਂਡ 'ਤੇ ਆਈ ਦੀ ਬਾਈ, ਇਹ ਵੀ ਬਾਈ ਇੰਗਲੈਂਡ 'ਤੇ ਆਈ ਦੀ ਬਾਈ। ਬਾਕੀ ਦੇਖਦੇ ਹਾਂ ਹੁਣ, ਪੁਆਏ ਦੇ ਟਰਾਲੇ ਦਾ ਰੋਬੇ ਹੋਰ ਹੋ ਜਾਣਾ ਇਹ ਟਾਇਰ। ਲਓ ਬਾਈ ਇਹ ਜਿਹੜੇ ਅਪੋਲੋ ਦਾ ਟਾਇਰ ਆ, ਇਹ 70 ਪੈਸੇ ਟਾਇਰ ਦੇ ਗੇੜ ਹੈਗਾ ਹੈ। ਆ ਗੋਡੀ ਪੂਰੀ ਖੜੀ ਆ, ਆਹ ਦੇਖੋ, ਅਤੇ ਇਹ ਹੈਗਾ 50%, ਉਹ ਵੱਧਦਾ ਥੋੜ੍ਹਾ ਜਿਹਾ, ਇਹ ਥੋੜ੍ਹਾ ਜਿਹਾ ਘੱਟ ਹੈ, ਇਹ ਵੀ ਫਰਕ ਹੈ ਕਿ ਨਹੀਂ? ਕਿਉਂ ਵੈਸੇ ਦੇਖਣ ਨੂੰ ਇਹ ਲੱਗਦਾ ਉੱਪਰ ਪਿਆ, ਹਾਂ ਸਹੀ ਗੱਲ ਹੈ, ਬਰਾਬਰ ਹੀ ਹੈ। ਮਨੀ ਮਾਜਰੇ 'ਤੇ ਲਿਆ ਬਾਈ ਮੁੰਡਾ ਇਹ, ਪਹਿਲਾਂ ਬਹੁਤ ਹੁੰਦੇ ਤੇ ਉੱਥੇ ਬਹੁਤ ਟਾਇਰ, ਹੁਣ ਤਾਂ ਗੱਡੀਆਂ ਨੂੰ ਪੈਣ ਲੱਗ ਗਏ ਰੇਡੀਅਲ ਟਾਇਰ, ਹਾਂ ਉਹ ਪਾਉਂਦੇ ਜਿੰਨੇ ਵੀ ਟਿੱਪਰ ਆ ਬੜੇ ਹੈਵੇ ਆ, ਸਭ ਨੂੰ ਰੇਡੀਅਲ ਟਾਇਰ ਪੈਂਦੇ ਆ, ਉਹ ਚੱਲਣਾ ਰੋਜ਼, ਹਾਂ ਉਹਦੀ ਸਿੱਧੀ ਗੁੱਡੀ ਆ। ਨਾਲੇ ਹੋਰ ਆ ਜਿਹੜੇ ਆਪਣਾ ਟਾਇਰ, ਐਂ ਤਾਂ ਚੱਲ ਵਧੀਆ ਟਾਇਰ ਹੁੰਦੇ ਆ ਉਹ, ਪਰ ਆਪਣਾ ਰੋਜ਼ ਨਹੀਂ ਚੱਲਦਾ, ਉਹਨੂੰ ਚਲਾਈ ਰੋਜ਼ ਚਾਹੀਦੀ ਆ ਜਿਹੜਾ ਰੇਡੀਅਲ ਟਾਇਰ ਹੈ, ਠੀਕ ਆ। ਇਹ ਟਾਇਰ ਔਖਾ ਮਿਲਦਾ ਹੁਣ, ਤਾਂ ਹੀ ਮਹਿੰਗਾ ਮਿਲਦਾ, ਠੀਕ ਆ। ਕਿੰਨੇ ਕਿਤੇ ਪੈ ਗਏ ਵੈਸੇ ਉੱਥੇ ਤੋਂ? ਹਾਂ ਰੇਡੀਅਲ ਕਾ ਪੋਲੋ, ਸੋਰੀ ਪੋਲੋ ਮੈਂ ਵੀ ਕਹਿੰਦਾ ਰੇਡੀਅਲ, ਆਹਾ ਠੀਕ ਆ। ਅੱਛਾ 50,000 ਦੇ ਪੈ ਗਏ,
ਚੱਕੇ ਕਾਹਦੇ ਲਿਆ? ਟੈਂਪੂ 2000। ਅੱਛਾ ਕਿਹੜੀ ਗੱਡੀ ਗਿਆ? ਅਲਟੋ ਚ। ਮੈਂ ਤਾਂ ਗੱਡੀ ਚ ਕੰਮ ਲੱਗੇ। ਕਿ ਦੂਈ ਬਲੈਰੋ ਲੈ ਕੇ ਤੇ? ਨਾ ਨਾ ਨਾ। ਹਾਂ ਬਲੈਰੋ ਲੈ ਜਾਣੀ ਸੀ। ਉੱਥੇ ਆ ਗਿਆ ਤਾਂ ਮੈਂ ਤਾਂ ਕਹਾ ਫਿਰ ਮਾਮੇ ਨਾਲ ਹੀ ਅਸੀਂ ਲੈ ਗਏ ਸੋ ਉੱਥੇ। ਅੱਛਾ ਅੱਛਾ। ਫਿਰ ਉੱਥੇ ਤੇ ਚਾਰ ਥੋੜੋ ਹੁਣ ਇਹ ਬਲੈਰੋ ਚ ਵੀ ਚਾਰ ਥੋੜੋ ਹੋਣੇ। ਆਹੋ। ਹਾਂ ਜੇ ਕੈਂਪਰ ਜਾ ਹੋਵੇ ਫਿਰ ਆ ਜਾਣੇ ਵਿੱਚ ਬੰਦ ਉਹਦੇ ਵਾਲੀ ਚ ਤਾਂ ਨਹੀਂ ਆਉਂਦੇ ਚਾਰ ਟਾਇਰ। ਨਹੀਂ ਉਸ ਨਹੀਂ ਆਉਂਦੇ। ਚੱਲ ਬਾਈ। ਫਿਰ ਆਹ ਬਾਈ ਜਗਦੀਪ ਆਤਾ ਤਾਂ ਪੁੰਨ ਵਾਲੇ ਹੀ ਕੰਮ ਕਰ ਲਿਆ। ਆਹੋ ਕਿਉਂ ਬਾਈ? ਠੀਕ ਹੈ ਨਾ, ਹਵਾ ਘੱਟ ਹੋਣੀ ਜਾਂ ਕੁਝ ਹੋਰ? ਕਿਉਂ ਬਾਈ? ਵਧੀਆ ਕੰਮ ਕਰਦਾ ਇਹ ਟਾਇਰ ਵਾਲਾ ਤਾਂ। ਅਗਲੇ ਸਾਲ ਮੈਂ ਪਵਾ ਦੇਣਾ ਯਾਰ, ਇਹ ਕਿਆ ਡਰਦਾ ਤੂੰ? ਹੁਣ ਟਰਾਲਾ ਇੱਕ ਹੋਰ ਆ ਗਿਆ, ਹੋਰ ਕਿਆ ਜ਼ਰੂਰੀ ਥੋੜਾ ਇਕੱਠੇ ਹੀ ਫਿਰ ਘਸਾਉਣੇ ਆ। ਹੈਂ ਹਲੇ ਸਰ ਮੈਂ ਕਰ ਦਿੰਦੇ ਯਾਰ ਕਿੰਨਾ। ਮੈਂ ਤਾਂ ਇੱਕ ਚੱਲ ਹੁਣ ਪਤਾ ਕਿਆ ਗੱਲ ਹੈ ਤੇਰੇ, ਹੁਣ ਉਹ ਪਰਲਾ ਟਾਇਰ ਜ਼ਿਆਦਾ ਡਾਊਨ ਆਏ ਵੀ ਤੇ ਜਿਹੜੇ ਉੱਪਰਲਾ ਜੋੜਾ ਉਹ ਲੱਗਿਆ ਵਾ, ਊ ਤਾਂ 25-25 ਕੁਇੰਟਲ ਆਉਂਦਾ ਜੇ ਦੇਖਿਆ ਜਾਵੇ ਵਜ਼ਨ। ਆਹੋ ਉਹ ਵੀ ਚੱਕ ਲੈਂਦੇ ਆ। ਹਾਂ ਚੱਲ ਕੋਈ ਗੱਲ ਨਹੀਂ, ਵਧੀਆ ਬਾਈ। ਤੇ ਹੁਣ 52 ਵੀ ਦੇਖਣਾ ਵੀ ਕਿੰਨਾ ਕੁ ਖਿੱਚਦਾ, ਜੇ ਕਿਤੇ ਖੁੱਲੀ ਪਰਚੀ ਵੀ ਆਦੇ ਕਰਦੀ ਹੈ। ਹੈਂ ਟਰਾਲਾ ਦਾ ਬਾਈ ਹੈਗਾ ਝੋਟਾ, ਟਰਾਲੇ ਦੀ ਕਮੀ ਨਹੀਂ ਹੈਗੀ ਇਹਦੀ, ਬਸ ਟਾਇਰਾਂ ਦੇ ਕਰਕੇ ਥੋੜ੍ਹਾ ਉਹ ਕਰ ਗਿਆ ਤਾ। ਹਾਂ ਗੁਟਕਿਆਂ ਦਾ ਕੰਮ ਜਿਹਾ ਕਰਨ ਲੱਗੇ ਤੇ ਕੁਛ ਗਰਮ ਤੇਲ ਕਰਕੇ ਉਹ ਚ ਡੁੱਬੇ ਆ, 5 ਗੁਟਕੇ ਕਰ ਲੈ ਤਿਆਰ, ਥੋੜੇ ਘਸਾਉਣੇ ਪੈਂਦੇ ਆ। ਲੋਕਣ ਓਕਣ ਹਲੇ ਖੋਲੇ ਹੋਏ ਆ ਇਹਨਾਂ ਦੀ। ਆਹ ਚੀਜ਼ ਤੰਗ ਹੈ ਬਾਈ, ਜਿਵੇਂ ਆਹ ਗੜਾਈ ਦਾ ਡੂੰਘੀ ਦਾ ਠੀਕ ਹੈ, ਆਹ ਘੱਟ ਆ ਚੜਾਈ, ਆਹ ਉੱਪਰੇ ਟਿਕ ਜਾਂਦਾ। ਪਿਛਲੀ ਵਾਰ ਵੀ ਨਾਲੇ ਉਹਨੂੰ ਕਿਹਾ ਵੀ ਮੜਿਆ ਉਹ ਕਰੇ ਕਰ ਭਾਈ ਫੈਕਟਰੀ ਕਹਿੰਦੇ ਤੇਰੇ। ਲਾਈਟ ਭੱਜ ਗਈ, ਲਾਈਟ ਭੱਜਣੇ ਕਰਕੇ ਸਾਰਾ ਖਰਾਬ ਹੋਇਆ ਪਿਆ, ਮੀਂਹ ਬੱਦਲ ਫੇਰ ਆ ਗਿਆ ਸ਼ਾਮ ਟਾਈਮ, ਹੁਣ ਸਪਰੇਅ ਕਰਾਉਣੀ ਸੀ ਇੱਧਰ ਭੇਜਣਾ ਤਾ ਬੰਦਾ, ਫੇਰ ਮੁੜਿਆ ਇੱਕ ਨੇ ਗਰੰਟਰ ਨਾਲ ਮਿੰਟੋ ਮਿੰਟ ਕਰਦੇ ਸੀ 4-5, ਬਾਕੀ ਹੁਣ ਲਾਈਟ ਭੱਜਣੇ ਕਰਕੇ ਹੁਣ ਇੱਕ ਆਹ ਹੋਇਆ, ਸਾਈਡ ਘਸਾਉਣ ਦਾ ਨੀ ਹੈਗਾ ਇਹ, ਥੋੜਾ ਜਿਹਾ ਵੱਧ ਕਰਦੀ ਆ। ਮੈਂ ਪਿਛਲੀ ਵਾਰ ਵੀ ਨਾਲੇ ਉਹ ਕਹਿੰਦਾ ਐਨ ਪ੍ਰੋਪਰ ਸਾਈਜ਼ ਆਉਂਗੇ, ਮੈਂ ਚੱਲ ਠੀਕ ਆ ਲੈ ਕੇ ਆਇਆ ਕਿ ਫਿਰ ਪੰਗਾ ਪੈ ਗਿਆ ਉਹੀ, ਇਹਨਾਂ ਨੇ ਦਿਹਾੜੀ ਖਾ ਲੈਣੀ ਗੁੱਟਿਆਂ। ਹੁਣ ਇੱਕ ਲਾਈਟ ਨਹੀਂ ਹੈਗੀ, ਇਹਨੇ ਨਾਲ ਬੜਾ ਮੱਝਾਂ ਦਾ ਟਾਈਮ ਹੋ ਜਾਣਾ, ਕੁਛ ਰੋਪੜ ਟਾਈਮ ਲੱਗ ਗਿਆ ਥੋੜ੍ਹਾ ਜਿਹਾ, ਗੋਲਾ ਲੇਟ ਆਇਆ, ਅੱਜ ਦੀ ਦਿਹਾੜੀ ਵੀ ਬਸ ਇੱਕ ਨਹੀਂ। ਹਾਂਜੀ ਕਿਆ ਹੋ ਗਿਆ? ਕਿਆ ਹੋ ਗਿਆ? ਸਾਵੜ ਦਾ ਖਾਂਚਾ ਕੱਟਰ ਖਾਂਚਾ ਬੜਾ ਆ, ਉਹ ਤਾਂ ਸਾਡੀ ਦਾ ਛੋਟਾ ਆ, ਹੁਣ 2 ਦੀ ਕੱਟਰ ਬਣਾ ਕੇ ਲਾਵਾਂ। ਉਹ ਇੱਦਾਂ ਕਰੋ ਆਪਾਂ ਬਈ, ਇਹ ਤਾਂ ਕੰਮ ਫਿਰ ਰੁਕ ਗਿਆ, ਦਰਾਰੀ ਦਾ ਵੀ ਪੰਗਾ ਪੈ ਗਿਆ ਇੱਕ, ਬਸ ਪਤਾ ਨਹੀਂ ਕਿਆ ਹੁੰਦਾ। ਦੇਖੋ ਸਮਾਨ ਦਾ ਪਤਾ ਨਹੀਂ ਕਿਆ, ਹੁਣ ਸਮਾਨ ਲੈ ਕੇ ਆਇਆ, ਦਰਾਰੀ ਆਪਣੀ ਖਰਾਬ ਹੋ ਗਈ ਸੀ ਆ ਪਿਛਲੀ ਵਾਰ, ਅੱਛਾ ਉਹ ਹੋ ਗਈ ਤੀ ਆ, ਦੇਖੋ ਕਿੰਨੀ ਬੜਤੀ ਦੀ ਲੈਨ ਆਊਟ ਤੀ, ਪਤਾ ਨਹੀਂ
ਨਹੀਂ ਆਹੀ ਸ਼ਾਫਟ ਕਰਕੇ ਆਹ ਸ਼ਾਫਟ ਬਦਲੀ ਤੀ ਇਹਨੇ ਸਾਰੀ ਆਹ ਤੋੜੀ ਗਿਆ ਤਾ ਆਹ ਚੀਜ਼ ਤੋੜਤੀ ਤੀ ਇਹਨੇ ਸਾਰੀ ਉਹ ਗਰਾਰੀ ਦੀ ਲਾਈਨ ਆਹ ਘਸਾ ਕੇ ਰੱਖਤੀ ਹੁਣ ਆਹ ਬੋਰ ਹੈ ਬਾਈ ਆਹ ਦੇਖੋ ਆਪਾਂ ਆਹ ਗਰਾਰੀ ਲੈ ਕੇ ਆਏ ਹਾਂ ਲਓ ਬਾਈ ਆਹ ਗਰਾਰੀ ਦਾ ਵੀ ਚੱਕਰ ਪੈ ਗਿਆ ਲੋੜ ਨੀ ਪੈਣੀ ਹੁਣ ਭੇਜੀ ਉਹਨੂੰ ਵੀਡੀਓ ਨੇ ਅੱਗੇ ਭੇਜੀ ਬੰਦੇ ਨੂੰ ਵੀ ਆਹ ਦੇਖ ਲਾ ਫੇਰ ਉਹੀ ਕੰਮ ਹੋ ਗਿਆ ਹੈ ਕਿ ਨਹੀਂ ਆਹ ਗਰਾਰੀ ਲੈ ਕੇ ਆਹ ਗਰਾਰੀ ਦਾ ਵੀ ਪੰਗਾ ਪੈ ਗਿਆ ਇਹਦੇ ਵੀ ਸਾਲੇ ਬੋਰ 12 ਦਾ ਆ ਹੁਣ ਆਹ ਚਲੋ ਆ ਤਾਂ ਸਾਈਜ਼ ਠੀਕ ਆ ਹੁਣ ਇਹਦੀ ਕਟਰ ਦਾ ਸਾਈਜ਼ ਦੇਖੋ ਕਿੱਡਾ ਚੌੜਾ ਏ ਤੇ ਆਹ ਕਿੰਨਾ ਕਾ ਲੋ ਹੁਣ ਉਹਦੇ ਕਟਰ ਕਿਹੜੀ ਲਾਵੇ ਇਹ ਜੀ ਕਿਹੜੀ ਕਟਰ ਆ ਵੀ ਹੇਠਾਂ ਦੇ ਜੋੜੀ ਉੱਪਰ ਦੇ ਬਦਲੀਏ ਬਣਾ ਕੇ ਜਗੜ ਲਾਣਾ ਇਹ ਵੀ ਪਿਛਲੀ ਵਾਰ ਭੇਜੂਗਾ ਬਣਾ ਕੇ ਜਗੜ ਲਾਇਆ ਪਿਛਲੀ ਵਾਰ ਤਾਂ ਚੜ ਕੇ ਤਾਂ ਥੋੜੀ ਹੋਰ ਦੀ ਮੜੀ ਜੀ ਕਸੀ ਦੀ ਜ਼ਿਆਦਾ ਸੀ ਇਹ ਤਾਂ ਹੁਣ ਇਹ ਤਾਂ ਜ਼ਿਆਦਾ ਹੀ ਆ ਕੁਝ ਇਹ ਹੋਰ ਬਰੀਕ ਆ ਯਾਰ ਇਹੀ ਨਹੀਂ ਕੰਮ ਰੋੜਨ ਦਿੰਦੇ ਹੁਣ ਬੰਦਾ ਕਰੇ ਤਾਂ ਕਰੇ ਗਿਆ ਹੁਣ ਲਾਈਟ ਨਹੀਂ ਹੈਗੀ ਉਹ ਰਗੜ ਨਹੀਂ ਹੁਣੇ ਜੋੜੇ ਵੀ ਆਉਂਦੇ ਆ ਮੇਖਾਂ ਲੱਗੀਆਂ ਮੈਂ ਕਿਹਾ ਇੱਥੇ ਬੱਦਲ ਪੂਰਾ ਹੋ ਗਿਆ ਫੇਰ